ਸਤਿ ਸ਼੍ਰੀ ਅਕਾਲ ਜੀ ਸਾਨੀ ਸੋਸ ਟੀਵੀ ਵੇਖ ਰਹੇ ਆਪ ਸਭ ਦਾ ਮੈਂ ਸਵਾਤੀ ਸਖਸਿਆਨਾ ਨਿਗਾ ਸਵਾਗਤ ਕਰਦੀ ਹਾਂ ਲੈ ਕੇ ਹਾਜ਼ਰ ਹੋਇਆ ਤੁਹਾਡਾ ਖਾਸ ਪ੍ਰੋਗਰਾਮ ਪੱਖ ਦਾ ਮੁੱਦਾ ਜੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਬਾਰੇ ਜਿਸ ਦੇ ਲਈ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਹਿਯੋਗੀ ਸਤਨਾਮ ਸਿੰਘ ਬਠੋਈ ਜੀ ਸੋ ਸਭ ਤੋਂ ਪਹਿਲਾਂ ਜੁਨਾ ਸਵਾਗਤ ਕਰਦੇ ਹਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਵਾਗਤ ਹੈ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਹਿਲੇ ਮੁੱਦੇ ਦੇ ਨਾਲ ਜੋ ਕਿ ਹੈ ਪੰਜਾਬ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਮੁਲਾਕਾਤ ਹੋਈ ਹੈ ਅਤੇ ਇਸ ਮੁਲਾਕਾਤ ਦੇ ਵਿੱਚ ਕੀ ਵਿਚਾਰ ਚਰਚਾ ਹੋਈ ਅਸੀਂ ਜਾਣਨਾ ਚਾਹਾਂਗੇ ਜੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿਹੜੇ ਦਿੱਲੀ ਦੌਰੇ ਤੇ ਨੇ ਇਸੇ ਦੌਰਾਨ ਤਿੰਨ ਮੀਟਿੰਗਾਂ ਜਿਹੜੇ ਉਹਨਾਂ ਨੇ ਕੀਤੀਆਂ ਜਾ ਰਹੀਆਂ ਉਹਨਾਂ ਵੱਲੋਂ ਪਹਿਲੀ ਮੀਟਿੰਗ ਉਹਨਾਂ ਦੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤੇ ਉਸ ਤੋਂ ਬਾਅਦ ਜਿਹੜੇ ਕਹਿ ਸਕਦੇ ਆ ਵਿਕਾਸ ਦੇ ਕੰਮਾਂ ਨੂੰ ਲੈ ਕੇ ਪਿੰਡੂ ਵਿਕਾਸ ਮੰਤਰੀ ਨੇ ਤੇ ਊਰਜਾ ਮੰਤਰੀ ਨੇ ਉਹਨਾਂ ਨਾਲ ਹੋਈ ਐ ਤੇ ਫੂਡ ਸਪਲਾਈ ਮੰਤਰੀ ਉਹਨਾਂ ਨਾਲ ਮੀਟਿੰਗ ਹੋਣ ਜਾ ਰਹੀ ਹੈ ਇਸੇ ਦੌਰਾਨ ਜੇ ਗੱਲ ਕਰੀਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦਾ ਕੀ ਮਾਇਨਾ ਰੱਖਿਆ ਕੀ ਗੱਲਾਂ ਬਾਤਾਂ ਹੋਈਆਂ ਉੱਥੇ ਇਹ ਗੱਲ ਆ ਗਈ ਕਿ ਵਿੱਤੇ ਸਮੇਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਬਿਆਨ ਦਿੱਤਾ ਸੀਗਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਕੇ ਜੋ ਕਾਨੂੰਨ ਵਿਵਸਥਾ ਪੰਜਾਬ ਦੀ ਹੋ ਸਥਰ ਕਰੇਗੀ ਜਿੱਥੇ ਇੱਕ ਪਾਸੇ ਆਏ ਦਿਨ ਅਸੀਂ ਦੇਖ ਰਹੇ ਹਾਂ ਕਿ ਕਤਲ ਓਗਾਰ ਤੋਂ ਹੋ ਰਹੀ ਆ ਪੰਜਾਬ ਵਿੱਚ ਬੀਤੇ ਸਮੇਂ ਦੌਰਾਨ ਜਿਹੜਾ ਨਕੌਦਰ ਵਿੱਚ ਇੱਕ ਵਪਾਰੀ ਦਾ ਕਤਲ ਹੋ ਜਾਂਦਾ ਇੱਥੋਂ ਤੱਕ ਕਿ ਜਿਹੜਾ ਗਨਮੈਨ ਉਹਦੀ ਸੇਫਟੀ ਵਿੱਚ ਲੱਗਿਆ ਹੋਇਆ ਸੀਗਾ ਤੇ ਉਹ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਖੁਦ ਵੀ ਸ਼ਹੀਦ ਹੋ ਗਿਆ ਇਸੇ ਦੌਰਾਨ ਜਿਹੜਿਆ ਐਡੀਆ ਵੱਡੇ ਵਾਰਦਤਾਂ ਹੋ ਰਹੀਆਂ ਨੇ ਪੰਜਾਬ ਵਿੱਚ ਕਿਤੇ ਨਾ ਕਿਤੇ ਜਿਹੜਾ ਉਸ ਨੂੰ ਲੈ ਕੇ ਜਿਹੜੇ ਆ ਇਹ ਮੀਟਿੰਗ ਜਿਹੜੀ ਕੀਤੀ ਗਈ ਹੈ ਗੱਲ ਕਰਨ ਲਈ ਬਿੱਤੇ ਦਿਨ ਇਹ ਨਤੀਜੇ ਵੀ ਸਾਹਮਣੇ ਆਏ ਨੇ ਜਿਸ ਵਿੱਚ ਕਿ ਗੁਜਰਾਤ ਤੇ ਹਿਮਾਚਲ ਦੇ ਜਿਹੜੇ ਚੋਣ ਨਤੀਜੇ ਆਏ ਨੇ ਉਸੇ ਦੌਰਾਨ ਜਿਹੜੀਆਂ ਹੁਣ ਮੀਟਿੰਗਾਂ ਦਾ ਦੌਰ ਵੀ ਜਿਹੜਾ ਚੱਲ ਗਿਆ ਕਿਉਂਕਿ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਜਿਹੜੇ ਹੁਣ ਲੀਡਰ ਨੇ ਉਹ ਇਨ੍ਹਾਂ ਚੋਣ ਮੈਦਾਨ ਜਾਂ ਚੋਣ ਪ੍ਰਚਾਰ ਤੋਂ ਫਰੀ ਹੋ ਗਏ ਨੇ ਤੇ ਹੁਣ ਲੱਗਦਾ ਹੈ ਵੀ ਪੰਜਾਬ ਵਿੱਚ ਕੁਝ ਨਵੇਂ ਕੰਮ ਹੋਣਗੇ ਤੇ ਪੰਜਾਬ ਦਾ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਨੇ 2800 ਕਰੋੜ ਤੋਂ ਉੱਪਰ ਦਾ ਜਿਹੜਾ ਪਿੰਡੂ ਵਿਕਾਸ ਫੰਡ ਹੈ ਜਿਹੜਾ ਉਹ ਰੋਕ ਦਿੱਤਾ ਹੈ ਉਸ ਨੂੰ ਲੈ ਕੇ ਵੀ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇਗੀ ਹਾਂ ਗੱਲ ਕਰ ਲਈ ਪੰਜਾਬ ਦੇ ਲੋਕ ਉਡੀਕ ਰਹੇ ਨੇ ਕਿ ਪੰਜਾਬ ਵਿੱਚ ਸਰਕਾਰ ਬਣਿਆ ਨੂੰ ਹਾਲਾਂਕਿ 9 ਮਹੀਨੇ ਹੋਏ ਨੇ ਪਰ ਕੋਈ ਅਜਿਹਾ ਜਿਹੜਾ ਕੰਮ ਹੈ ਜਿਹੜਾ ਜਾਂ ਇਹਜਾ ਦਬਦਬਾ ਜਿਹੜਾ ਪੰਜਾਬ ਵਿੱਚ ਨਹੀਂ ਦਿਖ ਰਿਹਾ ਕਿ ਜਿਹੜੀ ਸਰਕਾਰ ਚੱਲ ਰਹੀ ਹੋਵੇ ਇਸੇ ਕਾਰਨ ਕਿਤੇ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਐਕਸ਼ਨ ਦੇ ਮੋੜ ਵਿੱਚ ਆਏ ਨੇ ਜਿੱਥੇ ਹੁਣ ਦਿੱਲੀ ਵਿੱਚ ਤਿੰਨ ਮੰਤਰੀਆਂ ਨਾਲ ਜਿਹੜੇ ਮੀਟਿੰਗ ਕਰਨ ਪਹੁੰਚੇ ਹੋਏ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਹੁਣ ਬਖ ਦੋ ਜਿਹੜੇ ਊਰਜਾ ਮੰਤਰੀ ਤੇ ਫੂਡ ਸਪਲਾਈ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਜੀ ਜੀ ਸੋ ਅਸੀਂ ਅੱਗੇ ਵਧਦੇ ਹਾਂ ਇੱਥੇ ਬੀਤੇਗਾ ਜਿਹੜੀ ਹੈ विधानसभा चुनाव 2022 ਦਾ ਜਿਹੜਾ ਰਿਜ਼ਲਟ ਆਇਆ ਇਹ ਇਲੈਕਸ਼ਨ ਹੋਈਆਂ ਇੱਥੇ ਗੁਜਰਾਤ ਤੇ ਹਿਮਾਚਲ ਦੀਆਂ ਜਿਹੜੀਆਂ ਇੱਥੇ ਚੋਣਾਂ ਹੋਈਆਂ ਸਨ ਉਹਦੇ ਨਤੀਜੇ ਐਲਾਨੇ ਗਏ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੋਵਾਂ ਹੀ ਸਟੇਟਾਂ ਦੇ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੋ ਇਹ ਜਿਹੜੀ ਏਡੀ ਵੱਡੀ ਹਾਰ ਹੋਈ ਹੈ ਤੇ ਨਾਲ ਜਿਹੜਾ ਹੈ ਇੱਕ ਪਾਸੇ ਜਿਹੜਾ ਹੈ ਹਿਮਾਚਲ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਅਤੇ ਗੁਜਰਾਤ ਦੇ ਵਿੱਚ ਬੰਪਰ ਜਿੱਤ ਬੀਜੇਪੀ ਨੇ ਹਾਸਲ ਕੀਤੀ ਪਰ ਇਹਨਾਂ ਦੋਹਾਂ ਹੀ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਵੀ ਨਜ਼ਰ ਨਹੀਂ ਆਈ ਦਾ ਕੀ ਕਾਰਨ ਮੰਨੋਗੇ ਜੀ ਹਿਮਾਚਲ ਪ੍ਰਦੇਸ਼ ਵਿੱਚ ਸਾਡੀ ਟੀਮ ਨੇ ਜਿਹੜਾ ਉੱਥੇ ਜਾ ਕੇ ਚੋਣ ਪ੍ਰਚਾਰ ਕਵਰੇਜ ਕੀਤਾ ਸੀਗਾ ਉਸੇ ਦੌਰਾਨ ਲੋਕਾਂ ਨੇ ਸਾਫ ਕਰ ਦਿੱਤਾ ਸੀਗਾ ਕਿ ਅਸੀਂ ਪੰਜਾਬ ਵਿੱਚ ਜਿਹੜਾ ਕਤਲਗਾਰਤ ਹੈ ਉਸ ਤੋਂ ਸਿੱਖ ਲਿਆ ਹੈ ਕਿ ਅਸੀਂ ਕੋਈ ਬਦਲਾਅ ਨਹੀਂ ਚਾਹੁੰਦੇ ਅਸੀਂ ਸਿਰਫ ਜਿਹੜਾ ਬਦਲਾਅ ਜ਼ਰੂਰ ਚਾਹਾਂਗੇ ਸਰਕਾਰ ਜ਼ਰੂਰ ਬਦਲਾਂਗੇ ਪਰ ਜਿਹੜੀ ਕਾਂਗਰਸ ਤੇ ਭਾਜਪਾ ਦੇ ਜਿਹੜੇ ਕਈ ਲੰਬੇ ਅਰਸੇ ਤੋਂ ਇੱਥੇ ਚੱਲੀ ਆ ਰਹੀ ਹੈ ਕਿ ਉਹ ਸਰਕਾਰਾਂ ਚ ਜੀ ਜੀ ਉਹ ਪਰੰਪਰਾ ਹੀ ਅਸੀਂ ਲਾਗੂ ਕਰਾਂਗੇ ਸਰਕਾਰ ਜ਼ਰੂਰ ਬਦਲਾਂਗੇ ਪਰ ਇਹ ਨਹੀਂ ਕਿ ਅਸੀਂ ਹੋਰ ਤੀਜੀ ਪਾਰਟੀ ਨੂੰ ਇੱਥੇ ਐਂਟਰੀ ਕਰਾਂਗੇ ਕਿਉਂਕਿ ਪਾਰਟੀ ਨੂੰ ਕਹਿੰਦਾ ਉਹਨਾਂ ਮੌਕਾ ਨਹੀਂ ਦੇਣਗੇ ਅਸੀਂ ਬੀਜੇਪੀ ਤੋਂ ਕਾਂਗਰਸ ਨੂੰ ਇਹ ਵੀ ਮੰਨਿਆ ਜਾਂਦਾ ਹੈ ਉੱਥੋਂ ਦੇ ਲੋਕ ਜਿਹੜੇ ਕਹਿੰਦੇ ਨੇ ਕਿ ਅਸੀਂ 1 ਸਾਲ ਬੀਜੇਪੀ ਨੂੰ ਦਿੰਨੇ ਆ ਤੇ 1 ਸਾਲ ਕਾਂਗਰਸ ਨੂੰ ਦਿੰਨੇ ਸੋ ਪਹਿਲਾਂ ਬੀਜੇਪੀ ਇੱਥੇ ਸੀਗੀ ਹਿਮਾਚਲ ਦੇ ਵਿੱਚ ਤੇ ਹੁਣ ਜਿਹੜਾ ਹੈ ਕਾਂਗਰਸ ਇਸ ਵਾਰੀ ਇੱਥੇ ਜਿੱਤੀ ਹੈ ਜੀ ਉੱਥੇ ਗੱਲ ਇਹ ਵੀ ਦੇਖਣ ਨੂੰ ਆਇਆ ਕਿ ਸਿੱਧੂ ਮਸੇਵਾਲੇ ਦਾ ਸਿੱਧਾ ਅਫੈਕਟ ਦੇਖਿਆ ਗਿਆ ਇਨ੍ਹਾਂ ਚੋਣਾਂ ਵਿੱਚ ਜਿਹੜਾ ਹਿਮਾਚਲ ਚ ਗੱਲ ਕਰ ਰਹੇ ਹਾਂ ਅਸੀਂ ਹਿਮਾਚਲ ਵਿੱਚ ਲੋਕ ਕਹਿੰਦੇ ਸੀਗੇ ਕਿ ਜਿੱਥੇ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਸੀਗੇ ਕਿ ਅਸੀਂ ਪੰਜਾਬ ਨੂੰ ਨਿਹੋਰਾ ਜਾਂ ਸੋਨੇ ਦੀ ਚਿੜੀ ਬਣਾਵਾਂਗੇ ਦੁਆਰ ਤੋਂ ਪਰ ਹੋਰ ਕੀ ਹੈ ਅੱਜ ਕਤਲੋਗਾਰ ਤੋਂ ਹੋ ਰਹੇ ਨੇ ਉੱਥੋਂ ਤੱਕ ਕਿ ਉਹਨਾਂ ਨਾਲ ਜਦੋਂ ਗੱਲਬਾਤ ਕਰ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਸਿੱਧੂ ਮਸੇਵਾਲਾ ਜਿਹੜਾ ਸੁਪਰਸਟਾਰ ਸੀਗਾ ਦੁਨੀਆ 'ਚ ਮੰਨਿਆ ਪਰਮੰਨ ਸਿੰਗਰ ਸੀਗਾ ਜਦੋਂ ਪੰਜਾਬ ਸਰਕਾਰ ਨੇ ਉਹਦੀ ਸਿਕਿਉਰਿਟੀ ਘਟਾ ਕੇ ਐਡੀ ਬਾਰਦਾਤ ਹੋ ਗਈ ਉਸ ਤੋਂ ਬਾਅਦ ਉਸ ਨੇ ਕਿਤੇ ਨਾ ਕਿਤੇ ਜਿਹੜਾ ਜ਼ਰੂਰ ਇੱਥੇ ਅਫਸਰ ਦਿਖਾਇਆ ਲੋਕਾਂ ਵਿੱਚ ਜਿਹੜਾ ਜਿਹੜਾ ਹਿਮਾਚਲ ਪ੍ਰਦੇਸ਼ ਵਿੱਚ ਜਿਹੜਾ ਇੱਕ ਵੀ ਜਗ੍ਹਾ ਜਿਹੜੀ ਆਪਣੀ ਸੀਟ ਨਹੀਂ ਜਿੱਤ ਸਕੀ ਆਮ ਆਦਮੀ ਪਾਰਟੀ ਯਾਨੀ ਕਿ ਖਾਤਾ ਵੀ ਨਹੀਂ ਖੋਲ ਸਕੀ ਇਹ ਕਿਤੇ ਨਾ ਕਿਤੇ ਇਫੈਕਟ ਹੈ ਜਿਹੜਾ ਨੇੜੇ ਦੇ ਸਟੇਟ ਚ ਜ਼ਰੂਰ ਦੇਖਿਆ ਹੈ ਗੁਜਰਾਤ ਸਾਡੇ ਤੋਂ ਕਾਫੀ ਦੂਰ ਹੈ ਉੱਥੇ ਇਫੈਕਟ ਤਾਂ ਜ਼ਰੂਰ ਦੇਖਿਆ ਪਰ ਇਹਨਾਂ ਨੇ ਜਿੰਨਾ ਹਿਮਾਚਲ ਚ ਦੇਖਿਆ ਗਿਆ ਹਿਮਾਚਲ ਦੇ ਲੋਕ ਬਹੁਤ ਸਾਰੇ ਨੇ ਜਿਹੜੇ ਚੰਡੀਗੜ੍ਹ ਚ ਜਾਂ ਸਾਡੇ ਪੰਜਾਬ ਚ ਕੰਮ ਕਰਦੇ ਨੇ ਉਹ ਉਹਨਾਂ ਨੇ ਜਾ ਕੇ ਉੱਥੇ ਜਿਹੜੀ ਗੱਲਬਾਤ ਲੋਕਾਂ ਵਿੱਚ ਵਿਚਾਰੀ ਕਿ ਕਿਵੇਂ ਪੰਜਾਬ ਵਿੱਚ ਲੋਕਾਂ ਨਾਲ ਬਦਲਾਅ ਦਾ ਜਿਹੜਾ ਵੱਡਾ ਧੋਖਾ ਹੋਇਆ ਲੋਕਾਂ ਨਾਲ ਤੇ ਅੱਜ ਜਿਹੜੇ ਆ ਸੇਵ ਨਹੀਂ ਕੋਈ ਵੀ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਕਿ ਕਿ ਮਿੰਟਾਂ ਵਿੱਚ ਕਤਲ ਹੋ ਜਾਂਦੇ ਨੇ ਤੇ ਸਨੈਚਿੰਗ ਵਰਗੇ ਮਾਮਲੇ ਨੇ ਜਿਹੜੇ ਉਹ ਸਕਿੰਟਾਂ ਵਿੱਚ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸਵੇਰ ਚੜ੍ਹਦੀ ਨੇ ਤੇ ਕਤਲ ਦੀ ਖਬਰ ਪਹਿਲਾਂ ਆਈ ਹੁੰਦੀ ਆ ਸੋ ਇਸੇ ਕਾਰਨ ਇਸੇ ਵਿਚਾਲੇ ਅਸੀਂ ਇਹ ਵੀ ਕਹਿਣਾ ਚਾਹਵਾਂਗੇ ਕਿ ਇੱਥੇ ਜਦੋਂ ਇੱਥੇ ਇਲੈਕਸ਼ਨ ਹੋਣ ਵਾਲੀਆਂ ਸੀ ਉਸ ਸਮੇਂ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਤੇ ਇੰਨਾ ਪੈਸਾ ਜਿਹੜਾ ਹੈ ਉੱਥੇ ਪ੍ਰਚਾਰਾਂ 'ਚ ਲਗਾਇਆ ਗਿਆ ਇੱਥੇ ਪੰਜਾਬ ਤੇ ਇੰਨਾ ਪੈਸਾ ਲਾਇਆ ਹੁੰਦਾ ਤਾਂ ਪੰਜਾਬ ਦਾ ਕੁਸ਼ਤਾ ਸੁਧਰਦਾ ਪਰ ਇੰਨਾ ਉੱਥੇ ਪੈਸਾ ਲਾਇਆ ਪਰ ਸਰਕਾਰ ਫੇਰ ਵੀ ਨਹੀਂ ਬਣਾ ਸਕੀ ਜੇਕਰ ਆਰਟੀਆਈ ਵਿੱਚ ਖੁਲਾਸਾ ਹੋਇਆ ਜਿਸ ਵਿੱਚ 15000 ਕਰੋੜ ਤੋਂ ਉੱਪਰ ਦਾ ਜਿਹੜਾ ਖਰਚਾ ਉਹ ਗੁਜਰਾਤ ਦੇ ਇਲੈਕਸ਼ਨ ਵਿੱਚ ਜਿਹੜਾ ਪੰਜਾਬ ਦਾ ਲੱਗਿਆ ਦੱਸਿਆ ਜਾ ਰਿਹਾ ਹੈ ਸੋ ਇਹ ਸਾਰਾ ਕੁਝ ਦੇਖ ਕੇ ਹੀ ਜਿਹੜੇ ਲੋਕ ਨੇ ਉਹਨਾਂ ਨੇ ਕਿਤਨਾ ਕਿਤੇ ਸਮਝਿਆ ਕਿ ਸਰਕਾਰ ਇੰਨਾ ਕਿਉਂ ਉੱਠਲ ਗਈ ਕੋ ਲੱਗਦਾ ਹਾਲਾਂਕਿ ਆਪ ਪਾਰਟੀ ਜਿਹੜਾ ਦਾਵਾ ਕਰ ਰਹੀ ਹੈ ਕਿ ਉਹ ਰਾਸ਼ਟਰੀ ਪਾਰਟੀ ਬਣ ਗਈ ਪਰ ਉਹ ਰਾਸ਼ਟਰੀ ਪਾਰਟੀ ਬਣ ਕੇ ਵੀ ਕੀ ਕਰੂਗੀ ਜਿੱਥੇ ਜਿਹੜੀਆਂ ਦੋ ਸਟੇਟਾਂ 'ਚ ਤੁਹਾਡੀ ਸਰਕਾਰ ਹੈ ਜੋ ਉੱਥੋਂ ਦੇ ਲੋਕ ਸਹੀ ਸਲਾਮਤ ਨਹੀਂ ਹੈਗੇ ਅ ਦਿੱਲੀ ਦੀ ਗੱਲ ਕਰ ਲਈ ਅਸੀਂ ਐਮਸੀਡੀ ਚੋਣਾ ਉਹਨਾਂ ਨੇ ਜ਼ਰੂਰ ਜਿੱਤਿਆ ਨੇ ਪਰ ਉੱਥੇ ਹੁੰਦਾ ਕੀ ਹੈ ਵੱਡੇ ਵੱਡੇ ਪ੍ਰੋਟੈਸਟ ਆਏ ਦਿਨ ਦੇਖਣ ਨੂੰ ਮਿਲਦੇ ਨੇ ਇੱਥੋਂ ਤੱਕ ਕਿ ਉਹਨਾਂ ਦੇ ਮੰਤਰੀ ਨੇ ਜਿਹੜੇ ਸੀਵੀਆਈ ਦੇ ਘੇਰੇ ਵਿੱਚ ਨੇ ਸੋ ਇਹ ਕਿਤੇ ਨਾ ਕਿਤੇ ਜਿੱਥੇ ਆਮ ਆਦਮੀ ਪਾਰਟੀ ਲੋਕਾਂ ਵਿੱਚ ਆਪਣੀ ਇੱਕ ਦਿਸ਼ਾ ਜਾਂ ਇੱਕ ਤਸਵੀਰ ਪੇਸ਼ ਕਰਨਾ ਚਾਹ ਰਹੀ ਹੈ ਕਿ ਉਹ ਕੱਟੜ ਇਮਾਨਦਾਰ ਹੈ ਉਸਤੇ ਵੀ ਲੋਕ ਜਿਹੜਾ ਵਿਸ਼ਵਾਸ ਕਰਦੇ ਨਹੀਂ ਖੁਸ਼ ਦਿਖਾਈ ਦੇ ਰਹੇ ਇੱਥੋਂ ਤੱਕ ਕਿ ਹਰ ਸਿਮਰਤ ਕੌਰ ਬਾਦਲ ਦਾ ਅੱਜ ਬਿਆਨ ਆਇਆ ਕਿ ਜਿਹੜੇ ਪੰਜਾਬੀ ਨੇ ਸ਼ਾਇਦ ਸਾਡੇ ਕਿਤੇ ਨਾ ਕਿਤੇ ਉਹ ਭਲੇਖਾ ਖਾ ਗਏ ਸੀ ਜਿਸ ਕਾਰਨ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਮੌਕਾ ਦੇ ਦਿੱਤਾ ਤੇ ਉਹ ਮੌਕਾ ਅੱਜ ਇੰਨਾ ਭਾਰੂ ਪੈ ਰਿਹਾ ਲੋਕਾਂ ਤੇ ਕਿ ਅਸੀਂ ਖਬਰਾਂ ਵਿੱਚ ਨਿੱਤ ਹੀ ਦੇਖ ਰਹੇ ਹਾਂ ਸੋ ਇਸੇ ਕਾਰਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਹਿਮਾਚਲ ਚ ਆਪਣਾ ਖਾਤਾ ਹੀ ਨਹੀਂ ਖੋਲ ਸਕੀ ਤੇ ਉੱਥੇ ਹੀ ਗੁਜਰਾਤ ਵਿੱਚ ਸਿਰਫ 5 ਸੀਟਾਂ ਜਾਂ 8 ਸੀਟਾਂ ਤੇ ਹੀ ਰਹਿ ਗਈ ਸੋ ਇਥੇ ਲੋਕਾਂ ਦੀ ਜਿਹੜੀ ਇੱਕ ਚਾ ਵੀ ਸੀਗਾ ਪਹਿਲਾਂ ਦੇਖਿਆ ਜਾ ਰਿਹਾ ਸੀਗਾ ਪੰਜਾਬੀਆਂ ਵਿੱਚ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਉਹ ਵੀ ਚਾ ਉੱਤਰ ਦਾ ਨਜ਼ਰ ਆ ਰਿਹਾ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਇੱਥੇ ਖਾਤਾ ਵੀ ਨਹੀਂ ਖੋਲ ਸਕੀ ਹਿਮਾਚਲ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਵੀ ਨਾ ਕੋਈ ਅਸਰ ਆਮ ਆਦਮੀ ਪਾਰਟੀ ਦਾ ਵਿਖਾਈ ਨਹੀਂ ਦਿੱਤਾ ਇੱਥੇ ਭਾਜਪਾ ਦੇ ਵੱਲੋਂ ਬੰਪਰ ਜਿੱਤ ਹਾਸਲ ਕੀਤੀ ਗਈ ਹੈ ਸੋ ਹਿਮਾਚਲ ਦੇ ਵਿੱਚ ਸੱਤਾ ਵਿੱਚ ਕਾਂਗਰਸ ਨੇ ਵਾਪਸੀ ਕੀਤੀ ਹੈ ਸੋ ਅਸੀਂ ਹੁਣ ਅੱਗੇ ਵਧਦੇ ਹਾਂ ਤੇ ਜੋਧਪੁਰ ਦੀ ਗੱਲ ਕਰਦੇ ਹਾਂ ਜੋਧਪੁਰ ਦੇ ਵਿੱਚ ਅੱਜ ਸਵੇਰੇ ਬਹੁਤ ਹੀ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਇੱਥੇ ਇੱਕ ਸਿਲੰਡਰ ਫਟਿਆ ਜਿਸ ਦੇ ਵਿੱਚ ਪੰਜ ਇੱਥੇ ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸਨ ਤੇ ਇਸ ਦੇ ਕਾਫੀ ਜ਼ਖਮੀ ਹੋਏ ਨੇ 90% ਤੱਕ ਇਹ ਲੋਕ ਸੜੇ ਨੇ ਸੋ ਇਹ ਹਾਦਸਾ ਕਿਵੇਂ ਵਾਪਰਿਆ ਸੀ ਜਾਨਣਾ ਚਾਹਾਂਗੇ ਜੀ ਰਾਜਸਥਾਨ ਦੇ ਜੋਧਪੁਰ ਚ ਭੁੰਗੜਾ ਪਿੰਡ ਹੈ ਉਥੇ ਹਾਦਸਾ ਵਾਪਰਿਆ ਜਿੱਥੇ ਕਿ 60 ਤੋਂ ਵੱਧ ਲੋਕ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਇਸੇ ਦੌਰਾਨ ਜਿਹੜੇ ਪੰਜ ਲੋਕ ਆ ਉਹਨਾਂ ਦੀ ਆ ਜਿਹੜੀ ਮੌਤ ਹੋ ਚੁੱਕੀ ਹੈ ਤੇ ਇਸ ਵਿੱਚ ਦੋ ਤਿੰਨ ਬੱਚੇ ਵੀ ਦੱਸੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਖੁਸ਼ੀ ਦੀਆਂ ਸਹਿਨਾਈਆਂ ਵੱਜ ਰਹੀਆਂ ਸੀ ਖੁਸ਼ੀ ਦਾ ਮਾਹੌਲ ਸੀ ਉਹ ਮਿੰਟਾਂ ਵਿੱਚ ਸਿਲੰਡਰ ਫਟਣ ਕਾਰਨ ਜਿਹੜਾ ਗਮੀ ਵਿੱਚ ਤਬਦੀਲ ਹੋ ਗਿਆ ਸਾਰਾ ਮਾਹੌਲ ਇੱਥੋਂ ਤੱਕ ਕਿ ਮੁੱਖ ਮੰਤਰੀ ਨੇ ਇਸ ਦੇ ਸਖਤ ਜਿਹੜੀਆਂ ਹਦਾਇਤਾਂ ਕਰ ਦਿੱਤੀਆਂ ਨੇ ਕਿ ਇਸ ਦੀ ਬਰੀਕੀ ਨਾਲ ਜਿਹੜੀ ਜਾਂਚ ਕੀਤੀ ਜਾਵੇ ਜਿਹੜੇ ਇੱਥੋਂ ਜ਼ਖਮੀ ਹੋਏ ਨੇ ਬਰਾਤੀ ਬਰਾਤ ਤਿਆਰ ਹੋ ਰਹੀ ਸੀ ਜਾਣ ਵਾਸਤੇ ਬਿਲਕੁਲ ਰੈਡੀ ਸਨ ਤਾਂ ਉਧਰ ਹੀ ਇਹ ਹਾਦਸਾ ਵਾਪਰ ਗਿਆ ਜਿਸ ਦੇ ਚਲਦਿਆ ਮੁੱਖ ਮੰਤਰੀ ਗਹਲੋਤ ਨੇ ਸਖਤ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਜਿਹੜੇ ਇਸ ਵਿੱਚ ਜ਼ਖਮੀ ਹੋਏ ਨੇ ਲੋਕ ਉਹਨਾਂ ਦੀ ਜਿਹੜੇ ਹਸਪਤਾਲ ਵਿੱਚ ਚੰਗੇ ਤਰੀਕੇ ਨਾਲ ਜਿਹੜੀ ਆ ਉਹਨਾਂ ਨੂੰ ਦੇਖਿਆ ਜਾਵੇ ਤੇ ਉਹਨਾਂ ਨੂੰ ਜਿਹੜੇ ਆ ਡਾਕਟਰੀ ਸਹਾਇਤਾ ਉਹ ਬਹੁਤ ਚੰਗੇ ਤਰੀਕੇ ਨਾਲ ਦਿੱਤੀ ਜਾਵੇ। ਹਾਂ ਜੀ ਯਾਰ ਇਹ ਵੀ ਜਿਹੜਾ ਇਹ ਹਾਸਾ ਹੋਇਆ ਉਸ ਸਮੇਂ ਉੱਥੇ ਮਠਿਆਈਆਂ ਬਣ ਰਹੀਆਂ ਸੀ। ਇਹ ਮਠਿਆਈਆਂ ਦੇ ਜਿਹੜਾ ਸਿਲੰਡਰ ਸੀਗਾ ਉਹ ਬਲਾਸਟ ਹੋਇਆ ਤੇ ਏਡੀ ਵੜੀ ਲਾਪਰਵਾਹੀ ਹੋਈ ਕਿਵੇਂ ਹੈ ਜਦੋਂ ਉਹ ਤੇ ਖਾਣਾ ਬਣ ਰੇ ਤੇ ਇਵੇਂ ਵੀ ਉਸ ਨੂੰ ਬਰਨਲ ਜਿਹੜਾ ਹੁੰਦਾ ਹੈ ਜਾਂ ਕੋਈ ਪਾਈਪ ਹੈ ਉਹ ਲੀਕ ਹੋਈ ਜਾਂ ਫਿਰ ਬਰਨਰ ਹੀ ਠੀਕ ਤਰ੍ਹਾਂ ਨਹੀਂ ਲਗਾਇਆ ਗਿਆ ਜੀ ਉਹੀ ਗੱਲ ਆ ਕਿ ਜਾਂਚ ਦਾ ਵਿਸ਼ਾ ਬਣ ਗਿਆ ਇਹ ਇਸੇ ਕਾਰਨ ਮੁੱਖ ਮੰਤਰੀ ਨੇ ਵੀ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਸੇ ਨੇ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਹੈਗਾ ਕਿਉਂਕਿ ਚੌੜਵਾਜੀ ਚ ਕਈ ਲੋਕ ਜਿਹੜਾ ਆਪਾਂ ਅਸੀਂ ਦੇਖਦੇ ਆ ਕਿ ਬੰਬ ਵਗੈਰਾ ਵਜਾਣ ਦੀ ਕੋਸ਼ਿਸ਼ ਕਰਦੇ ਆ ਕਿਉਂ ਉਸ ਕਾਰਨ ਤਾਂ ਇੱਕ ਜਿਹਾ ਹੋਇਆ ਸੋ ਇਹ ਸਾਰਾ ਕੁਝ ਹੁਣ ਜਾਂਚ ਹੀ ਪਤਾ ਲੱਗੇ ਆ ਹਾਲਾਂਕਿ ਇਸ ਵਿੱਚ 5 ਲੋਕ ਨੇ ਜਿਹੜੇ ਮੌਤ ਦੇ ਘਾਟ ਉਤਰ ਗਏ ਨੇ ਤੇ ਇੱਥੋਂ ਤੱਕ ਕਿ ਜਿਹੜਾ ਖੁਸ਼ੀ ਦਾ ਮਾਹੌਲ ਸੀਗਾ ਮਿੰਟਾਂ ਵਿੱਚ ਜਿਹੜਾ ਗਮੀ ਚ ਤਬਦੀਲ ਹੋ ਗਿਆ ਤੇ ਲੜਾ ਵੀ ਜਿਹੜਾ ਇਸ ਵਿੱਚ जख्म में ਦੱਸਿਆ ਜਾ ਰਿਹਾ ਉਹ ਲਾੜਾ ਜਿੱਥੇ ਕਿ ਬਿਲਕੁਲ ਤਿਆਰ ਸੀਗੀ ਬਸ 5-10 ਮਿੰਟ ਦੇ ਜਿਹੜੀ ਜਾਣ ਦੀ ਤਿਆਰੀ ਸੀ ਬਸ ਸਾਰੇ ਬਰਾਤੀ ਇਕੱਠੇ ਹੋ ਗਏ ਸੀਗੇ ਇਸ ਇਸ ਦੌਰਾਨ ਇਹ ਜਿਹੜੀ ਦੁਖਦਾਈ ਘਟਨਾ ਜਿਹੜੀ ਸਵੇਰੇ ਸਵੇਰੇ ਸਾਨੂੰ ਦੇਖਣ ਨੂੰ ਮਿਲੀ ਹੈ ਸੋ ਇਲਾਜ ਚੱਲ ਰਿਹਾ ਤੇ 60 ਲੋਕ ਜਿਹੜੇ जख्मी ਨੇ ਉਹਨਾਂ ਦਾ ਇਲਾਜ ਵੀ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਜੀ ਜੀ ਅਸੀਂ ਅੱਗੇ ਵਾਦਦੇ ਹਾਂ ਤੇ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹਵਾਂਗੇ ਕਿ ਜੇਕਰ ਅਜਿਹੇ ਵਿਆਹ ਵਾਲੇ ਕੰਮ ਹੁੰਦੇ ਨੇ ਜਾਂ ਫਿਰ ਗੈਸ ਵਾਲੇ ਕੰਮ ਹੁੰਦੇ ਨੇ ਬਹੁਤ ਹੀ ਸਾਵਧਾਨੀ ਦੇ ਨਾਲ ਕਰਨੇ ਚਾਹੀਦੇ ਨੇ ਤਾਂ ਕਿ ਆਪਣੀ ਜਾਨ ਅਤੇ ਜਿਹੜੀ ਹੈ ਹੋਰ ਲੋਕਾਂ ਦੀ ਜਾਨ ਬਚਾਈ ਜਾ ਸਕੇ ਸੋ ਅਸੀਂ ਇੱਥੇ ਅੱਗੇ ਵਾਦਦੇ ਹਾਂ ਇੱਥੇ ਐਮਪੀ ਰਾਗਵ ਚੱਡਾ ਦਾ ਹੈ ਜਿਹੜਾ ਕਿ ਉਹਨਾਂ ਨੇ ਸੰਸਦ ਦੇ ਵਿੱਚ ਇੱਕ ਬਹੁਤ ਹੀ ਅਹਿਮ ਮੁੱਦਾ ਚੱਕਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਮੁੱਦਾ ਚੱਕਿਆ ਗਿਆ ਸੋ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ ਅਸੀਂ ਜਾਨਣਾ ਚਾਹਾਂਗੇ ਸਰਦਰ ਉਤੇ ਸ਼ਾਸਨ ਸ਼ੁਰੂ ਹੋ ਚੁੱਕਿਆ ਹੈ ਇਸੇ ਦੌਰਾਨ ਰਾਜ ਸਭਾ ਤੇ ਲੋਕ ਸਭਾ ਨਾ ਖੂਬ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਵਿੱਚ ਕਿ ਹੁਣ ਰਾਜ ਸਭਾ ਵਿੱਚ ਜਿਹੜਿਆ ਐਮਪੀ ਨੇ ਆਪਣੇ ਰਾਜ ਸਭਾ ਮੈਂਬਰ ਨੇ ਰਾਗਵ ਚੱਡਾ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਜਿਹੜੇ ਲੋਕ ਜਾਣਦੇ ਨੇ ਨਾ ਤਮਸਤਕ ਹੋਣ ਜਾਂਦੇ ਨੇ ਜਿਹੜਾ ਉਹਨਾਂ ਦਾ ਪਾਸਪੋਰਟ ਹੈ ਪਾਸਪੋਰਟ ਤੇ ਹੀ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਜੋ ਕਿ ਉਸ ਨੂੰ ਬੰਦ ਕਰਨਾ ਚਾਹੀਦਾ ਹੈ ਲੋਕਾਂ ਦੀ ਸ਼ਰਧਾ ਉੱਥੇ ਜੁੜੀ ਹੋਈ ਹੈ ਉੱਥੇ ਲੋਕ ਕੋਈ ਜਿਹੜਾ ਕਹਿ ਸਕਦੇ ਆ ਵਪਾਰ ਨਹੀਂ ਕਰਨ ਜਾਂਦੇ ਉਹ ਆਪਣੀ ਸ਼ਰਧਾ ਲੈ ਕੇ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਫਰੀ ਕਰ ਦਿੱਤਾ ਜਾਵੇ ਤੇ ਜਿਹੜੇ ਇੱਥੇ 20 ਡਾਲਰ ਜਾਂ ਜਿਹੜਾ ਵੀ ਇੱਥੇ ਰੁਪਈਆ ਆ ਜਾ ਕੀਮਤ ਲਈ ਜਾਂਦੀ ਆ ਉਥੇ ਜਾਣ ਦੀ ਉਹ ਸਾਰੀ ਫਰੀ ਹੋਣੀ ਚਾਹੀਦੀ ਆ ਲੋਕਾਂ ਲਈ ਤੇ ਤਾਂ ਕਿ ਬਾਬੇ ਨਾਨਕ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਹ ਪਵਿੱਤਰ ਅਸਥਾਨ ਹੈ ਉਸ ਤੇ ਲੋਕਾਂ ਦੀ ਸ਼ਰਧਾ ਜੁੜੀ ਹੋਈ ਆ ਉਸ ਨੂੰ ਜਿਹੜਾ ਲੋਕੀ ਖੁੱਲ ਕੇ ਜਿਹੜੇ ਦਰਸ਼ਨ ਕਰਨ ਤੇ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬੰਦੇ ਤੇ ਸਾਡੇ ਗੁਰਾਂ ਦਾ ਜੀ ਉਪਦੇਸ਼ ਆ ਉਹ ਲੋਕ ਇਥੋਂ ਉਥੋਂ ਲੈ ਕੇ ਆਣ ਤੇ ਮਾਹੌਲ ਜਿਹੜਾ ਸੰਜੀਦਗੀ ਦਾ ਉਹ ਆਪਸ ਵਿੱਚ ਭਾਈਚਾਰੇ ਦਾ ਉਹ ਬਣਿਆ ਰਹੇ ਇਸ ਨੂੰ ਲੈ ਕੇ ਰਾਗਵ ਚੱਡਾ ਵੱਲੋਂ ਜਿਹੜਾ ਰਾਸ ਸਭਾ ਵਿੱਚ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕੀਤੀ ਗਈ ਹੈ ਇਸੇ ਦੇ ਚੱਲਦਿਆਂ ਇੱਕ ਕਿਤੇ ਨਾ ਕਿਤੇ ਬਹੁਤ ਸਾਰੀ ਜਿਹੜੀ ਬਹੁਤ ਵਧੀਆ ਗੱਲ ਹੈ ਸਿੱਖਾ ਸਿੱਖਾ ਲਈ ਤਾਂ ਹੈ ਹੀ ਹੈ ਜਿਹੜੀ ਆਮ ਜਿਹੜੇ ਲੋਕ ਨੇ ਜਿਹੜੇ ਹੋਰ ਧਰਮਾਂ ਦੇ ਲੋਕ ਨੇ ਉਹਨਾਂ ਲਈ ਵੀ ਇਹ ਵੱਡੀ ਗੱਲ ਹੈ ਕਿਉਂਕਿ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੇ ਉਹਨਾਂ ਨੂੰ ਲੈ ਕੇ ਅੱਜ ਜਿਹੜੇ ਅਸੀਂ ਕਹਿ ਸਕਦੇ ਆ ਕਿ ਵੱਡੇ ਪੱਧਰ ਤੇ ਸਰਚ ਵੀ ਹੋ ਰਹੀਆਂ ਨੇ ਸਰਚਾ ਵੀ ਹੋ ਰਹੀਆਂ ਨੇ ਤੇ ਇਥੋਂ ਤੱਕ ਕਿ ਜਿਹੜੇ ਲੋਕ ਦੂਰੀਆ ਆਪਣਾ ਬਣਾਈ ਜਾ ਰਹੇ ਨੇ ਆਪਸ ਵਿੱਚ ਕਿਤੇ ਨਾ ਕਿਤੇ ਜਿਹੜੇ ਅੱਜ ਜੇ ਅਸੀਂ ਥੋੜਾ ਮੋਟਾ ਨੇੜੇ ਆ ਇੱਕ ਦੂਜੇ ਦੇ ਤਾਂ ਉਹ ਸ਼ਾਇਦ ਗੁਰੂਆਂ ਦੀ ਜਾਂ ਗੁਰੂ ਪੀਰਾਂ ਦੀ ਜਾਂ ਅਸੀਂ ਕਹਿ ਸਕਦੇ ਆ ਕਿ ਜਿਹੜੇ ਉਹਨਾਂ ਦੇ ਉਦੇਸ਼ ਨੇ ਉਹ ਕਿਤੇ ਨਾ ਕਿਤੇ ਸਾਨੂੰ ਜੋੜੀ ਬੈਠੇ ਨੇ ਇਸੇ ਕਾਰਨ ਕਿਤੇ ਨਾ ਕਿਤੇ ਜਿਹੜਾ ਰਾਗਵ ਚੱਡਾ ਵੱਲੋਂ ਜਿਹੜਾ ਇਹ ਮੁੱਦਾ ਚੱਕਿਆ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਲੋਕ ਬਹੁਤ ਸਾਰੇ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਸ਼ਰਤਾਂ ਹੁੰਦੀਆਂ ਕਿ ਉੱਥੇ ਜਾ ਕੇ ਉਹ ਨਤਮਸਤ ਹੋਣ ਇੱਕ ਤੁਹਾਨੂੰ ਇੱਥੇ ਇਹ ਵੀ ਦੱਸਦੇ ਆਂ ਕਿ ਇੱਕ ਮਹਿਲਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਮੱਕਾ ਗਈ ਸੀ ਮੱਕੇ ਗਈ ਸੀਗੀ ਉਥੇ ਇੱਕ ਲੇਡੀਜ਼ ਨੇ ਉਸ ਦੀ ਵੀਡੀਓ ਬਣਾਈ ਤੇ ਉਸ ਨੇ ਪੁੱਛਿਆ ਕਿ ਤੁਸੀਂ ਕਿਵੇਂ ਪਹੁੰਚੇ ਉਸ ਨੇ ਦੱਸਿਆ ਕਿ ਉਹ 2 ਲੱਖ ਤੋਂ 2.5 ਲੱਖ ਰੁਪਏ ਲਾ ਕੇ ਉਥੇ ਗਈ ਹੈ ਤੇ ਉਹ ਜਿਹੜੀ ਉਸ ਨੇ ਝਾੜੂ ਪੋਚੇ ਕਰਕੇ ਕਿਸੇ ਦੇ ਕੋਠਿਆਂ ਵਿੱਚ ਉਹ ਪੈਸਾ ਕੱਲਾ ਕੱਲਾ ਜੋੜਿਆ ਸੀਗਾ ਉਹ ਰਕਮ ਲਾ ਕੇ ਇਹ ਇੱਥੇ ਪਹੁੰਚੀ ਹੈ ਤੇ ਮੱਕਾ ਹੱਜ ਕਰਨ ਪਹੁੰਚ ਗਿਆ ਉਹ ਇਸੇ ਦੌਰਾਨ ਅਜਿਹੇ ਜਿਹੜੇ ਬਹੁਤ ਸਾਰੇ ਲੋਕ ਹੁੰਦੇ ਨੇ ਕਿ ਉਹਨਾਂ ਕੋਲ ਜਿਹੜੇ ਮੌਕੇ ਤੇ ਪੈਸੇ ਨਹੀਂ ਹੁੰਦੇ ਜਾਂ ਪਾਸਪੋਰਟ ਨਹੀਂ ਹੁੰਦਾ ਜਿਸ ਕਾਰਨ ਉਹ ਦਰਸ਼ਨ ਨਹੀਂ ਪਾ ਸਕਦੇ ਤੇ ਮਨ ਵਿੱਚ ਉਹਨਾਂ ਦੀ ਜਿਹੜੀ ਸ਼ਰਧਾ ਉਹ ਜ਼ਰੂਰ ਹੁੰਦੀ ਹੈ ਸੋ ਇਸੇ ਕਾਰਨ ਕਿਤੇ ਨਾ ਕਿਤੇ ਜਿਹੜਾ ਇਹ ਫੈਸਲਾ ਹੈ ਜਾਂ ਜਾਂ ਇਹ ਜਹਾਜ ਬੁਲੰਦ ਕੀਤੀ ਗਿਆ ਹੈ ਜਰੂਰ ਜਿਹੜਾ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਦੋਨਾਂ ਸਰਕਾਰਾਂ ਨੂੰ ਪਾਕਿਸਤਾਨ ਤੇ ਭਾਰਤ ਸਰਕਾਰ ਨੂੰ ਤੇ ਇਸ ਨੂੰ ਜਲਦ ਤੋਂ ਜਲਦ ਹੱਲ ਵੀ ਕੱਢਣਾ ਚਾਹੀਦਾ ਹੈ ਇਸ ਦਾ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਵੀ ਨੇ ਬਹੁਤ ਸਾਰੇ ਜਿਹੜੀ ਲੋਕ ਨੇ ਉਹ ਜਾਣਾ ਚਾਹੁੰਦੇ ਨੇ ਸਿੱਖ ਸੰਗਤਾਂ ਨੇ ਜਿਹੜੀਆਂ ਸੰਗਤਾਂ ਉੱਥੇ ਜਾਣਾ ਚਾਹੁੰਦੀਆਂ ਨੇ ਜੋ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਹੋਏ ਜਾਂ ਉਹਨਾਂ ਕੋਲ ਉਹਨੇ ਪੈਸੇ ਨਹੀਂ ਹੁੰਦੇ ਕਿ ਖਰਚੇ ਕਰਕੇ ਉਹ ਜਾ ਸਕਣ ਇਸੇ ਕਾਰਨ ਕਿਤੇ ਨਾ ਕਿਤੇ ਰਾਜ ਸਭਾ ਵਿੱਚ ਜਿਹੜਾ ਰਾਜ ਸਭਾ ਮੈਂਬਰ ਨੇ ਸਾਡੇ ਰਾਗ ਵਿੱਚ ਡਾ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ ਹੈ ਜਿਸ ਕਾਰਨ ਉਹਨਾਂ ਦੀ ਖੂਬ ਚਰਚਾ ਹੋ ਰਹੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਉਹਨਾਂ ਤੇ ਜਿਹੜੀ ਐਂਟਰੀ ਫੀਸ ਹੈ ਉਹ ਨਹੀਂ ਲੱਗਣੀ ਚਾਹੀਦੀ ਐਂਟਰੀ ਫੀਸ ਫਰੀ ਹੋਣੀ ਚਾਹੀਦੀ ਹੈ ਯਾਨੀ ਕਿ ਮੁਫਤ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਵੀ ਵੱਧ ਵਰਗ ਦਾ ਇਨਸਾਨ ਹੈ ਚਾਹੇ ਗਰੀਬ ਵਰਗ ਦਾ ਇਨਸਾਨ ਹੈ ਉਸ ਨੂੰ ਹਰੇਕ ਨੂੰ ਹੈ ਜਿਹੜਾ ਕਿ ਆਪਣੇ ਗੁਰੂ ਸਥਾਨਾ ਦੇ ਦਰਸ਼ਨ ਕਰਨ ਦਾ ਹੱਕ ਹੈ ਤੇ ਅਧਿਕਾਰ ਵੀ ਹੈ ਭਾਰਤ ਦੇ ਵਿੱਚ ਕਿਉਂਕਿ ਇੱਥੇ ਭਾਰਤ ਦੇ ਵਿੱਚ ਅਸੀਂ ਗੱਲ ਕਰਦੇ ਆ ਆਪਣੇ ਕੰਟਰੀ ਦੀ ਗੱਲ ਕਰਦੇ ਆ ਤਾਂ ਇੱਥੇ ਕਿਤੇ ਵੀ ਜਿਹੜਾ ਹੈ ਧਾਰਮਿਕ ਸਥਾਨਾ ਤੇ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਂਦੀ ਨੇ ਸਭ ਨੂੰ ਆਪਣੇ ਜਿਹੜਾ ਹੈ ਸ਼ਰਧਾ ਭਾਵਨਾ ਉੱਥੇ ਨਤਮਸਤਕ ਹੋਣ ਦਾ ਅਧਿਕਾਰ ਜਿਹੜੀ ਸਰਕਾਰ ਦੇ ਵੱਲੋਂ ਬਕਾਇਦਾ ਤੌਰ ਤੇ ਦਿੱਤਾ ਗਿਆ ਸੋ ਇਹ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਵਸੂਲੀ ਨਾ ਕਰੇ ਇੱਥੇ ਲੋਕਾਂ ਦੀ ਸ਼ਰਦਾ ਭਾਵਨਾ ਦੇ ਨਾਲ ਖਿਲਵਾੜ ਨਾ ਕਰੇ ਤੇ ਨਾਲ ਜਿਹੜਾ ਇਸ ਦੇ ਨਾਲ ਇਸ ਨੂੰ ਵਪਾਰ ਨਾ ਸਮਝੇ ਸਿੱਧੀ ਜੀ ਗੱਲ ਹੈ ਵੀ ਇਸ ਨੂੰ ਵਪਾਰ ਨਾ ਸਮਝਿਆ ਜਾਵੇ ਕਿਉਂਕਿ ਇੱਕ ਇੱਕ ਜਿਹੜਾ ਵਿਅਕਤੀ ਹੁੰਦਾ ਹੈ ਉਥੇ ਆਪਣੀ ਨਤਮਸਤਕ ਹੋਣ ਜਾਂਦਾ ਹੈ ਆਪਣੇ ਗੁਰੂਆਂ ਦੇ ਘਰ ਨਤਪਸੰਗ ਹੋਣ ਜਾ ਰਿਹਾ ਉਥੇ ਸ਼ਰਦਾ ਭਾਵਨਾ ਨੇ ਜਾਂਦਾ ਸੋ ਅਜਿਹੇ ਨੂੰ ਅਜਿਹੀ ਜਿਹੜੇ ਰਸਤੇ ਹੁੰਦੇ ਨੇ ਜਾਂ ਅਜਿਹੇ ਜਿਹੜੇ ਮਹੌਲ ਹੁੰਦਾ ਉਸ ਨੂੰ ਜਿਹੜਾ ਵਪਾਰ ਦਾ ਰਸਤਾ ਨਾ ਦਿੱਤਾ ਜਾਵੇ ਵਪਾਰ ਦੀ ਜਿਹੜੀ ਦੇਖ ਹੈ ਉਹ ਨਾ ਦਿੱਤੀ ਜਾਵੇ ਸੋ ਅਸੀਂ ਅੱਗੇ ਵਧਦੇ ਆ ਇੱਥੇ ਪੱਛਮੀ ਬੰਗਾਲ ਦੀ ਗੱਲ ਕਰਦੇ ਆ ਸੀ ਮਮਤਾ ਬਨਰਜੀ ਮੁੱਖ ਮੰਤਰੀ ਨੇ ਉੱਥੋਂ ਦੇ ਤੇ ਉਹਨਾਂ ਨੇ ਇੱਕ ਡਾਕਟਰਾਂ ਨੂੰ ਇੱਕ ਬਹੁਤ ਹੀ ਵੱਡਾ ਤੇ ਅਹਿਮ ਹੁਕਮ ਦਿੱਤਾ ਹੈ ਕਿ ਜਿਸ ਵੀ ਚੁਣਾ ਨੇ ਡਾਕਟਰਾਂ ਨੂੰ ਇਹ ਕਹਿ ਦਿੱਤਾ ਹੈ ਕਿ ਤੁਸੀਂ ਮਰੀਜ਼ ਦਾ ਇਲਾਜ ਕਰੋ ਪੁਰੰਤ ਪਰ ਜਿਹੜੀ ਉਸਦੀ ਕਾਗਜ਼ੀ ਕਾਰਵਾਈ ਹੈ ਉਹ ਇਲਾਜ ਕਰਨ ਤੋਂ ਬਾਅਦ ਕਰੋ ਜੀ ਇਹ ਬਹੁਤ ਹੀ ਸ਼ਲਾਗਾਇਯੋਗ ਉਹਨਾਂ ਦਾ ਜਿਹੜਾ ਫੈਸਲਾ ਹੈ ਤੇ ਇੱਕ ਹੁਕਮ ਦਿੱਤਾ ਗਿਆ ਤੇ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੇ ਇਸ ਨੂੰ ਵੇਖ ਕੇ ਜਿਹੜੇ ਨੇ ਹੋਰ ਨੇ ਉਹਨਾਂ ਨੂੰ ਇਹ ਇਸ ਨੂੰ ਮੀਨਸ ਕਿਵੇਂ ਲੈਣਾ ਚਾਹੀਦਾ ਜੀ ਅਸੀਂ ਦੇਖਦੇ ਹਾਂ ਕਿ ਕਈ ਵਾਰ ਰੋਡ ਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਨੂੰ ਜਿਹੜਾ ਚੱਕ ਕੇ ਕੋਈ ਹੋਰ ਵਿਅਕਤੀ ਲੈ ਜਾਂਦਾ ਹੈ ਹਸਪੀਟਲ 'ਚ ਤਾਂ ਉਸ ਦੀ ਨਾਲ ਦੀ ਨਾਲ ਜਿਹੜੀ ਇਨਕੁਆਰੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੱਕ ਉਹ ਇਨਕੁਆਰੀ ਹੁੰਦੀ ਹੈ ਜਾਂ ਕਾਗਜ਼ੀ ਕਾਰਵਾਈ ਹੁੰਦੀ ਹੈ ਤਾਂ ਉੱਧਰ ਜਿਹੜਾ ਮਰੀਜ਼ ਤੜਫ ਰਿਆ ਹੁੰਦਾ ਉਹ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਕਾਰਨ ਕਿਤੇ ਨਾ ਕਿਤੇ ਜਿਹੜਾ ਪੱਛਮੀ ਬੰਗਾਲ ਸਰਕਾਰ ਦਾ ਜਿਹੜਾ ਫੈਸਲਾ ਇਹ ਵੱਡਾ ਜਿਹੜਾ ਜਿਹੜੇ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਮੰਮਤਾ ਐਨਰਜੀ ਵੱਲੋਂ ਲਿਆ ਗਿਆ ਹੈ بڑا ਸ਼ਲਾਘਾਯੋਗ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਜਾਂਦੇ ਨੇ ਕਿ ਜਦੋਂ ਤੱਕ ਉਹਨਾਂ ਦੀ ਕਾਗਜ਼ੀ ਕਾਰਵਾਈ ਮੁੱਕਦੀ ਹੈ ਉਦੋਂ ਬੰਦਾ ਮੁੱਕਰ ਜਾਂਦਾ ਹੈ ਇਸੇ ਕਾਰਨ ਕਿਤੇ ਨਾ ਕਿਤੇ ਸਾਰੇ ਰਾਜਾਂ ਵਿੱਚ ਇਹ ਹੋਣਾ ਚਾਹੀਦਾ ਕਿ ਪਹਿਲਾਂ ਬੰਦੇ ਦੀ ਜਿਹੜੀ ਜਾਨ ਹੈ ਉਸ ਨੂੰ ਬਚਾਇਆ ਜਾਵੇ ਨਾ ਕਿ ਕਾਗਜ਼ੀ ਕਾਰਵਾਈ ਕਾਗਜ਼ੀ ਕਾਰਵਾਈ ਬਾਅਦ ਚ ਵੀ ਹੁੰਦੀ ਰਹੇਗੀ ਕਿਉਂਕਿ ਜੇਕਰ ਇੱਕ ਵਾਰੀ ਇਨਸਾਨ ਬਚ ਗਿਆ ਤੋਂ ਤਾਂ ਕਾਗਜ਼ੀ ਕਾਰਵਾਈ ਹੁੰਦੀ ਰਹੇਗੀ ਪਰ ਜੇਕਰ ਤੁਸੀਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹੋ ਕਾਗਜ਼ੀ ਕਾਰਵਾਈਆਂ ਚੋਂ ਮੌਕੇ ਤੇ ਆਧਾਰ ਕਾੜਨੀ ਮਿਲਦਾ ਜਾਂ ਕੋਈ ਡਾਕੂਮੈਂਟ ਨਹੀਂ ਮਿਲਦਾ ਉਸੇ ਕਾਰਨ ਜਿਹੜੇ ਲੋਕ ਜਿਹੜੇ ਬਹੁਤ ਸਾਰੇ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਸੋ ਹਸਪਤਾਲਾਂ ਚ ਜਿਹੜੀ ਆਰਡਰ ਜ਼ਰੂਰ ਹੋਣੇ ਚਾਹੀਦੇ ਨੇ ਅਸੀਂ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਮਾਫ ਕਰਨਾ ਆਪਣੇ ਸਿਹਤ ਮੰਤਰੀ ਪੰਜਾਬ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਉਹ ਵੀ ਇਹ ਜੇ ਅਜਿਹਾ ਫੈਸਲਾ ਲਾਗੂ ਕਰਨ ਪੰਜਾਬ ਵਿੱਚ ਵੀ ਤਾਂ ਕਿ ਲੋਕ ਜਿਹੜੇ ਕਿਸੇ ਦੀ ਮਦਦ ਕਰਦੇ ਨੇ ਜਾਂ ਕੋਈ ਹਾਦਸਾ ਗ੍ਰਸਤ ਹੋ ਜਾਂਦਾ ਹੈ ਜਾਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਹੈ ਉਸ ਨੂੰ ਕਾਗਜ਼ੀ ਕਾਰਵਾਈ ਕਰਨ ਤੋਂ ਪਹਿਲਾਂ ਪਹਿਲਾਂ ਉਸ ਨੂੰ ਸਾਂਭਿਆ ਜਾਵੇ ਤਾਂ ਕਿ ਉਹ ਮੌਤ ਤੋਂ ਦੂਰ ਰਹੇ ਜਾਂ ਬਚ ਸਕੇ ਅਤੇ ਲੋਕਾਂ ਵਿੱਚ ਜਿਹੜਾ ਆਪਣਾਪਨ ਹੈ ਉਹ ਬਣਿਆ ਰਹੇ ਅਸੀਂ ਇਹ ਦੇਖਦੇ ਹਾਂ ਕਿ ਸਰਕਾਰਾਂ ਵੱਲੋਂ ਇਹ ਵੀ ਪ੍ਰਚਾਰ ਕਰਿਆ ਜਾਂਦਾ ਹੈ ਕਿ ਜੇਕਰ ਕਿਸੇ ਰੋਡ ਤੇ ਕਿਸੇ ਦਾ ਐਕਸੀਡੈਂਟ ਹੁੰਦਾ ਜਿਵੇਂ ਕਿ ਅਸੀਂ ਦਿੱਲੀ ਵਿੱਚ ਦੇਖਦੇ ਹਾਂ ਦਿੱਲੀ ਵਿੱਚ ਲਾਗੂ ਹੋਇਆ ਹੋਇਆ ਹੈ ਕਿ ਜੇਕਰ ਕਿਸੇ ਦਾ ਐਕਸੀਡੈਂਟ ਹੁੰਦਾ ਤੇ ਉਸ ਨੂੰ ਹਸਪਤਾਲ ਪਹੁੰਚਾਉਂਦਾ ਵਿਅਕਤੀ ਤਾਂ ਉਸ ਨੂੰ ਕੁਝ ਵੀ ਨਹੀਂ ਕੇਸ ਵਿੱਚ ਲਿਆ ਜਾਇਆ ਜਾਏਗਾ ਅਤੇ ਉਸ ਤੇ ਕੋਈ ਕਾਰਵਾਈ ਨਹੀਂ ਬਣਦੀ ਪਰ ਸਾਡੇ ਇੱਥੇ ਕੀ ਹੁੰਦਾ ਹੈ ਕਿ ਜੇਕਰ ਕੋਈ ਚੁੱਕੋ ਲੈਂਦਾ ਉਸੇ ਤੇ ਦੋਸ਼ ਲੱਗ ਜਾਂਦੇ ਨੇ ਜਿਸ ਕਾਰਨ ਜਿਹੜੇ ਲੋਕ ਨੇ ਉਹ ਐਕਸੀਡੈਂਟ ਉਹ ਗ੍ਰਸਤ ਲੋਕ ਨੂੰ ਵਿਅਕਤੀ ਨੂੰ ਚੱਕਣ ਤੋਂ ਦੂਰੀਓ ਬਣਾ ਲੈਂਦੇ ਨੇ ਬਹੁਤ ਸਾਰੇ ਐਕਸੀਡੈਂਟ ਅਸੀਂ ਦੇਖਦੇ ਆ ਤੇ ਬਹੁਤ ਸਾਰੇ ਅਜਿਹੇ ਕੇਸ ਵੀ ਆ ਜਾਂਦੇ ਨੇ ਕਿ ਜਿਹੜਾ ਪਲਾ ਕਰਦੇ ਕਰਦੇ ਆਪਣਾ ਹੀ ਬੁਰਾ ਕਰਕੇ ਬੈਠ ਜਾਂਦਾ ਅਗਲਾ ਇਸੇ ਡਰ ਦੇ ਮਾਰਾ ਉਹ ਕਿਸੇ ਦੀ ਮਦਦ ਨਹੀਂ ਕਰਦਾ ਸੋ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਵਿੱਚ ਵੀ ਇਹ ਫੈਸਲਾ ਲਾਗੂ ਕਰੇ ਕਿ ਕਾਗਜ਼ੀ ਕਾਰਵਾਈ ਬਾਅਦ ਚ ਹੋਵੇ ਕਿ ਪਹਿਲਾ ਜਿਹੜਾ ਪਹਿਲਾ ਕੋਈ ਮਰੀਜ਼ ਆ ਉਸ ਨੂੰ ਸਾਂਭਿਆ ਜਾਵੇ ਤੇ ਬਹੁਤ SLAAGA ਜੋ ਕਦਮ ਹੋਵੇਗਾ ਤੇ ਮਮਤਾ ਮਹਨਰਜੀ ਨੇ ਜਿਹੜਾ ਇਹ ਫੈਸਲਾ ਲਿਆ ਬਹੁਤ ਹੀ SLAAGA ਜੋਗਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰਾਂ ਨੂੰ ਜਿਹੜੇ ਹੁਕਮ ਨੇ ਪਛੀ ਮੰਗਾਲ ਦੀ ਜਿਹੜੀ ਮੁੱਖ ਮੰਤਰੀ ਮਮਤਾ ਮਹਨਰਜੀ ਵੱਲੋਂ ਦਿੱਤੇ ਗਏ ਨੇ ਉਹ ਕਾਫੀ SLAAGA ਯੋਗ ਉਹਨਾਂ ਦਾ ਹੁਕਮ ਹੈ ਬਹੁਤ ਹੀ SLAAGA ਯੋਗ ਕਦਮ ਉਹਨਾਂ ਦੇ ਵੱਲ ਚੁੱਕਿਆ ਗਿਆ ਹੈ ਤੇ ਇਹ ਹਰੇਕ ਸਟੇਟ ਵਿੱਚ ਹੋਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਜਿਹੜਾ ਹੁਕਮ ਹੈ ਇੱਥੇ ਪੰਜਾਬ ਦੇ ਵਿੱਚ ਵੀ ਲਾਗੂ ਕਰੇ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਸੋ ਇਸ ਦੇ ਨਾਲ ਹੀ ਅਸੀਂ ਆਪ ਜੀ ਤੋਂ ਅੱਗੇ ਆ ਚਾਹਾਂਗੇ ਤੇ ਸਾਡੇ ਸਹਿਯੋਗੀ ਸਤਨਾਮ ਸਿੰਘ ਬਠੋਇਆ ਜੀ ਦਾ ਅਸੀਂ तहे ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਸਮਾਂ ਕੱਟ ਕੇ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਏ ਨੇ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸੋ ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਵੇਖਣ ਦੇ ਲਈ ਤੁਸੀਂ ਜੁੜੇ ਰਹੋ ਸਾਜੀ ਸੋਚ ਟੀਵੀ ਦੇ ਨਾਲ ਇਸ ਦੇ ਨਾਲ ਹੀ ਤੁਸੀਂ ਮੈਨੂੰ ਯਾਨੀ ਕਿ ਸੁਆਤੀ ਸਖਸੇਨਾ ਨੂੰ ਦਿਵਾ ਗਿਆ ਧੰਨਵਾਦ